ਸੁਮਿਤਰਾ ਜੀ ਤੁਹਾਡਾ ਆਪਰੇਸ਼ਨ ਅਸੀਂ ਆਈ ਥਿੰਕ ਸਾਲ ਕੁ ਪਹਿਲਾਂ ਕੀਤਾ ਸੀ। ਹਾਂਜੀ 18 ਜੁਲਾਈ ਨੂੰ ਹੋਇਆ ਸੀ। ਤੇ ਤੁਸੀਂ ਫਾਜ਼ਿਲਕਾ ਦੇ ਰਹਿਣ ਵਾਲੇ ਹੋ? ਹਾਂਜੀ ਫਾਜ਼ਿਲਕਾ ਦੇ। ਕਿੰਨਾ ਭਾਰ ਸੀ ਤੁਹਾਡਾ ਉਸ ਵੇਲੇ? 1 ਕੁਇੰਟਲ 1 ਕਿਲੋ ਸੀ। ਤੇ ਕੀ ਕੀ ਮੁਸ਼ਕਲਾਂ ਆਉਂਦੀਆਂ ਸੀ ਤੁਹਾਨੂੰ ਉਸ ਵੇਲੇ? ਮੁਸ਼ਕਲਾਂ ਬਹੁਤ ਜ਼ਿਆਦਾ ਸੀ, ਪੈਰਾਂ ਨੂੰ ਬਹੁਤ ਤਕਲੀਫ ਰਹਿੰਦੀ ਸੀ, ਜਿਵੇਂ ਪੇਟ ਵੀ ਬਹੁਤ ਦਰਦ ਕਰਦੀ ਸੀ। ਹਾਂ ਹਾਂ। ਨਾ ਹੀ ਕੋਈ ਨਿਭ ਕੇ ਕੰਮ ਹੁੰਦਾ ਸੀ, ਹੁਣ ਬਿਲਕੁਲ ਠੀਕ ਹੈ, ਪੈਰ ਵੀ ਠੀਕ ਨੇ, ਪੈਰਾਂ ਦੀ ਦਰਦ ਉਹਦੋਂ ਹੀ ਖਤਮ ਹੋ ਗਈ ਜਦੋਂ ਆਪਰੇਸ਼ਨ ਹੋਇਆ। ਕੀ ਕੀ ਤੁਹਾਨੂੰ ਫਾਇਦੇ ਕੀ ਕੀ ਹੋਏ ਆਪਰੇਸ਼ਨ ਵਾਸਤੇ ਤੋਂ ਬਾਅਦ? ਫਾਇਦੇ ਵੀ ਜਿੰਨੀ ਕੁ ਤਕਲੀਫ ਸੀ ਸਾਰੀ ਖਤਮ ਹੋ ਗਈ। ਕੀ ਤਾਂ ਜਿਵੇਂ ਕੀ ਤਕਲੀਫਾਂ ਠੀਕ ਹੋਈਆਂ ਤੁਹਾਡੀਆਂ? ਹਾਂਜੀ, ਪੈਰ, ਇੱਕ ਤਾਂ ਪੈਰਾਂ ਦੀ ਦਰਦ ਖਤਮ ਹੋ ਗਈ, ਪੈਰਾਂ ਦੇ ਅੰਗੂਠੇ ਰੁਕੇ ਹੋਏ ਸੀ, ਉਹ ਚੱਲਣਾ ਸ਼ੁਰੂ ਹੋ ਗਿਆ ਆਪਣੇ ਆਪ, ਕੰਬਲ ਰੁਕੀ ਹੋਈ ਸੀ, ਇਹ ਵੀ ਆਪਣੇ ਆਪ ਚੱਲ ਗਈ। ਠੀਕ ਹੈ। ਤੇ ਜਿਵੇਂ ਨਿੱਕੇ ਨਿੱਕੇ ਕੰਮ ਕਰਦੇ ਤਾਂ ਔਖੇ ਲੱਗਦੇ ਹੋਣੇ, ਪਹਿਲੇ ਸਾਹ ਚੜਦਾ ਹੋਣਾ, ਬਹਿ ਨਹੀਂ ਸਕਦੇ ਥੱਲੇ, ਬਿਲਕੁਲ ਨਹੀਂ ਬਹਿ ਸਕਦੇ। ਘਰ ਦਾ ਕੰਮ ਆਪੇ ਕਰਦੇ ਹੋ? ਹਾਂਜੀ, ਸਾਰਾ ਕੰਮ ਆਪਣੇ ਆਪ ਕਰੇਗਾ। ਚਲੋ ਇਹ ਤਾਂ ਫਾਇਦੇ ਆ। ਹੁਣ ਮੈਨੂੰ ਦੱਸੋ, ਕੋਈ ਨੁਕਸਾਨ ਵੀ ਹੋਇਆ ਆਪਰੇਸ਼ਨ ਕਰਾਉਣ ਦਾ? ਨਾ ਨਾ, ਕੋਈ ਨੁਕਸਾਨ ਨਹੀਂ ਹੋਇਆ। ਜੇ ਕੱਪੜੇ ਤਾਂ ਨਹੀਂ ਨਵੇਂ ਲੈਣੇ ਪਏ? ਕੱਪੜੇ ਤਾਂ ਲੈਣੇ ਪੈਣੇ, ਉਹਦਾ ਖਰਚਾ ਵੱਧ ਗਿਆ। ਹਾਂਜੀ। ਚਲੋ ਤੁਸੀਂ ਫਾਜ਼ਿਲਕਾ ਦੇ ਰਹਿੰਦੇ, ਤੁਹਾਡੇ ਏਰੀਏ ਦੇ ਅੱਗੇ ਸਾਡੇ ਕੋਲ ਕਈ ਲੋਕ ਆਏ ਆ। ਹਾਂਜੀ। ਜੇ ਕੋਈ ਹੈਲਪ ਵਾਸਤੇ, ਕੋਈ ਹੋਰ ਸਲਾਹ ਵਾਸਤੇ ਤੁਹਾਨੂੰ ਫੋਨ ਤੇ ਡਿਸਕਸ ਕਰਨਾ ਚਾਹੇਗੀ, ਤੁਸੀਂ ਉਹਦੀ ਹੈਲਪ ਕਰ ਸਕਦੇ ਹੋ? ਹਾਂਜੀ, ਕਰ ਸਕਦੇ। ਤੁਸੀਂ ਫੋਨ ਨੰਬਰ ਦੇ ਦਿਓ ਆਪਣਾ। ਹਾਂਜੀ, ਠੀਕ ਹੈ। ਨੰਬਰ ਬੋਲ ਦਿਓ। 9463341493। ਚਲੋ ਜੇ ਕੋਈ ਕਾਲ ਕਰੂਗਾ ਤੁਸੀਂ ਉਹਨੂੰ ਸੈਟੀਸਫਾਈ ਕਰ ਦਿਓ। ਠੀਕ ਹੈ, ਠੀਕ ਹੈ। ਹਾਂਜੀ। ਤੇ ਤੁਹਾਨੂੰ ਆਹੀ ਹੈ ਵੀ ਤੁਸੀਂ ਜਿਹੜਾ ਤਾਂ ਅਸੀਂ ਮਿਲਟਾ ਵਿਟਾਮਿਨ ਲਿਖੇ ਆ, ਤੁਸੀਂ ਲੈ ਰਹੇ ਪਹਿਲੇ ਰੈਗੂਲਰ ਬੇਸਿਸ, ਉਹ ਲਈ ਜਾਣੇ ਹੋ, ਉਹ ਬੰਦ ਨਹੀਂ ਕਰਨੇ। ਠੀਕ ਹੈ। ਇਸ ਤੋਂ ਇਲਾਵਾ ਡਾਇਟ ਤੁਸੀਂ ਵੈਜੀਟੇਰੀਅਨ ਆ ਪੂਰੇ? ਹਾਂਜੀ। ਤੇ ਤੁਸੀਂ ਵੈਜੀਟੇਰੀਅਨ ਦੇ ਵਿੱਚ ਜਿਹੜੇ ਪ੍ਰੋਟੀਨ ਦੀਆਂ ਚੀਜ਼ਾਂ ਜ਼ਿਆਦਾ ਜ਼ਰੂਰ ਲੈਣੀਆਂ, ਠੀਕ ਹੈ, ਤਾਂ ਕਿ ਬੋਡੀ 'ਚ ਐਨਰਜੀ ਲੈਵਲ ਪੂਰੇ ਰਹਿਣ। ਹਾਂਜੀ, ਠੀਕ ਹੈ। ਚਲੋ, ਥੈਂਕ ਯੂ ਜੀ।